ਸਤਿ ਸ੍ਰੀ ਅਕਾਲ ਦਿਓ ਸਾਹਿਬ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਆ ਵੀਰੇ? ਬਹੁਤ ਵਧੀਆ ਜੀ। ਦਿਓ ਸਾਹਿਬ, ਆਹ ਜਿਹੜਾ ਘੋੜਾ ਆਪਣਾ, ਇਹ ਹੈਗਾ ਜੀ ਰਤਨ, ਨਵਰਤਨ ਦਾ ਬੱਚਾ ਜੀ ਇਹ। ਨਵਰਤਨ ਕਿਹਦਾ ਹੋਇਆ ਬਾਈ? ਇਹ ਫੂਲ ਮਾਲ ਲੈਣ ਚੋਂ ਸੀਗਾ ਜੀ, ਗੁਜਰਾਤ ਚੋਂ ਆਇਆ ਸੀਗਾ ਨਵਰਤਨ ਜੀ। ਨਵਰਤਨ ਘੋੜਾ ਹੈ, ਹੁਣ ਸਿੱਧੂ ਮਾਡਲ ਫਾਰਮ ਵਾਲਿਆਂ ਕੋਲੇ ਜੀ ਮੁਕਤਸਰ। ਓਕੇ, ਹਾਂਜੀ। ਤੇ ਵੀਰੇ ਜਿਹੜਾ ਨਵਰਤਨ ਆ ਉਹਦੀ ਹਾਈਟ ਕਿੰਨੀ ਆ? ਉਹਦੀ 62 ਸੀਗੀ ਜੀ ਹਾਈਟ। 62? ਹਾਂ 62 ਜੀ, 62। ਓਕੇ, ਇਸ ਟਾਈਮ ਕਿੱਥੇ ਅਸਤਬਲ ਕਿੱਥੇ ਆ? ਉਹ ਆਪਣੇ ਸਿੱਧੂ ਮਾਡਲ ਫਾਰਮ ਆ ਜੀ ਆਪਣੇ ਮੁਕਤਸਰ ਕੋਲੇ ਜੀ। ਓਕੇ, ਉਹਨਾਂ ਕੋਲੇ ਆ ਜੀ। ਨਵਰਤਨ ਹੈ, ਫੁੱਲ ਮਾਲ ਲੈਂਦਾ? ਫੁੱਲ ਮਾਲ ਲੈਂਦਾ ਜੀ, ਗੁਜਰਾਤ ਚੋਂ ਸੀਗਾ ਜੀ ਆਇਆ। ਓਕੇ, ਤੇ ਫਤਿਹ ਸਟਾਰਟ ਫਾਰਮ ਵਾਲੇ ਕੋਲ ਸੀਗਾ ਪਹਿਲਾਂ ਜਦੋਂ ਇਹਦਾ ਬੱਚਾ। ਓਕੇ ਓਕੇ ਬਾਈ। ਤੇ ਵੀਰੇ ਇਹਦੀ ਫਿਰ ਮਦਰ? ਮਦਰ ਆਪਣੇ ਦਾਨੇ ਦੀ ਹੈ ਜੀ ਇਹਦੀ। ਅੱਛਾ, ਜਿਹੜੀ ਮਾਂ ਪਹਿਲਾਂ ਜਿਹੜੀ ਨਿਗਰ ਘੋੜੀ ਆਪਣੀ ਹੋਲੇ, ਠੀਕ ਆ, ਉਹ ਹੋ ਗਈ ਇਹਦੀ ਮਦਰ ਹੋ ਗਈ। ਹਾਂਜੀ। ਤੇ ਫਾਦਰ ਹੋ ਗਿਆ ਇਹਦਾ ਨਵਰਤਨ, ਹੈ ਨਾ? ਹਾਂਜੀ। ਤੇ ਕਿੰਨੀ ਏਜ ਹੋ ਗਈ ਬਾਈ ਜੀ ਇਹਦੀ? ਇਹਦੀ ਹੋਈ ਗਈ ਜੀ ਆਪਣਾ 26-27 ਮਹੀਨੇ ਜੀ। 27 ਮਹੀਨੇ ਹੈ ਤੇ 65-62 ਦੇ ਨੇੜੇ ਹਾਈਟ ਹੋ ਗਈ ਦੀ, ਹੈ ਨਾ? ਤੇ ਬਾਈ ਕੀ ਕਹਿੰਦੇ ਆ ਇਹਨੂੰ, ਕਿਵੇਂ ਹੁਣ ਇਹ ਘੋੜੀਆਂ ਦੇ ਛੱਡਣਾ ਸ਼ੁਰੂ ਕੀਤਾ ਕਿ ਨਹੀਂ ਵੀਰੇ? ਹਜੇ ਨਹੀਂ ਕੀਤਾ ਜੀ। ਕੀਤਾ ਨੀਗਾ, ਹੈ ਨਾ? ਤੇ ਛੱਡਣ ਦਾ ਹੁਲੇ ਹੈਗਾ ਇਰਾਦਾ ਵੀਰੇ? ਛੱਡ ਦਿਆਂਗੇ ਜੀ। ਤੇ ਕੀ ਇਹਦੀ ਫੀਸ ਫੂਸ ਦਾ? ਫੀਸ ਦੇਖ ਲਿਆਂਗੇ ਜੀ, ਹਜੇ ਤਾਂ ਕੋਈ ਕੀਤੀ ਨਹੀਂ ਹੈਗੀ। ਓਕੇ, ਸ਼ੁਰੂਆਤ 'ਚ ਜਿਵੇਂ ਕੋਈ ਆ ਜਾਵੇ, ਜਿਵੇਂ ਕੋਈ ਦੇ ਦੂਗਾ ਲੈ ਲਾਂਗੇ ਜੀ। ਚਲੋ। ਤੇ ਬਈ ਕਿਵੇਂ ਹੈ, ਠੰਡੇ ਸੁਭਾਅ ਦਾ, ਗਰਮ ਹੈ? ਨਹੀਂ, ਨਾ ਬੜਾ ਗਰਮ ਆ ਜੀ, ਨਾ ਬੜਾ ਠੰਡਾ ਵਾ। ਅੱਛਾ ਜੀ, ਠੀਕ ਠੀਕ ਜੀ, ਵਿਚਾਲੇ ਜ਼ਿਆਦਾ ਜੀ। ਮਤਲਬ ਕਿ ਹਾਂ, ਯਾਨੀ ਜੇ ਉੱਤੇ ਬਹਿ ਜੀ ਜਾਂਦਾ ਫਿਰ ਤਾਂ ਸਾਊ ਹੋ ਜਾਂਦਾ। ਫਿਰ ਸਾਊ ਆ, ਜਿਵੇਂ ਆਪਾਂ ਹੁਣੇ ਦੇਖਿਆ ਵੀ ਮੁਕੇਸ਼ ਕਰ ਰਿਹਾ ਇਸ ਵਾਰੀ ਹੈ। ਹਾਂਜੀ ਹਾਂਜੀ ਹਾਂਜੀ। ਤੇ ਬਈ ਹਲੇ 26-27 ਮਹੀਨੇ, ਉਮਰ ਵੀ ਕੁਛ ਨਹੀਂ ਹਲੇ, ਤਾਂ ਇਹਦੇ ਵਧਣ ਦਾ ਟਾਈਮ ਬਹੁਤ ਪਿਆ। ਉਹ ਤਾਂ ਛੱਡ ਕੇ ਦੇਖ ਲਾਂਗੇ, ਰਿਜ਼ਲਟ ਦੇਖ ਲਾਂਗੇ ਕਦਾਂ ਕਿਵੇਂ ਜੀ। ਹਾਂਜੀ। ਤੇ ਆਪਣਾ ਫੋਨ ਨੰਬਰ ਤੇ ਬਈ ਐਡਰੈਸ ਲੋਕੇਸ਼ਨ ਕਰੈਕਟ ਦੱਸਿਓ ਵੀ ਜਿਹਨੂੰ ਕੋਈ ਬੰਦਾ ਸੰਪਰਕ ਕਰੇ। ਆਪਣਾ ਕਰੈਕਟ ਲੋਕੇਸ਼ਨ ਇੱਥੇ ਗੂਗਲ ਤੇ ਵੀ, ਮੈਪ ਤੇ ਵੀ ਆ ਜਾਂਦਾ ਰਤਨ ਸਟਾਰਟ ਫਾਰਮ ਜੀ। ਓਕੇ, ਜੇ ਕਿਸੇ ਨੇ ਆਉਣਾ ਹੋਵੇ ਤੇ। ਵੈਸੇ ਰਾਹੋਂ ਰੋਡ ਤੋਂ ਧੌਲਾ ਪਿੰਡ, ਜਦੋਂ ਰਾਹੋਂ ਰੋਡ ਤੋਂ ਆਉਂਦੇ ਆ ਨਾ ਜੀ, ਧੌਲੇ ਕੱਕੇ ਪੁੱਛ ਲਿਓ। ਹਾਂ, ਧੌਲੇ ਕੱਕੇ ਜੀ ਮਰਜ਼ੀ ਪੁੱਛ ਕੇ ਆ ਜਿਓ ਜੀ। ਠੀਕ ਹੈ ਬਾਈ ਜੀ, ਇੱਕ ਵਾਰੀ ਫੇਰ ਆਪਣਾ ਨੰਬਰ ਦੱਸ ਦਿਓ। 947833 ਜੀ, 000 26। ਇੱਕ ਵਾਰੀ ਫੇਰ 947833 000 26। ਓਕੇ ਬਾਈ। ਆਏ ਜੀ ਨਵਰਤਨ ਦਾ ਵਧੀਆ ਘੋੜਾ, ਜੋ ਘੋੜੇ 'ਚ ਚਾਹੀਦਾ ਹੁੰਦਾ ਹੈ ਉਹ ਸਭ ਹੈ ਘੋੜੇ 'ਚ ਬਾਈ, ਕਿਉਂਕਿ 26 ਮਹੀਨੇ 65-62 ਦੇ ਨੇੜੇ ਹੋਊ ਹਾਈਟ ਬਾਈ ਜੀ। ਜੇ ਆਪਾਂ ਲਾ ਲਈਏ ਇੰਚੀ ਟੇਪ ਵਾਲੀ ਤਾਂ 62 ਹੋਊ, ਜੇ ਆਪਾਂ ਲਾ ਲਈਏ ਵਾਟਰ ਸਕੇਲ ਵਾਲੀ ਤਾਂ ਹੋਊਗੀ 61, ਹੈ ਨਾ? ਇੰਨੀ ਕੁ ਹੋਊਗੀ, ਹੈ ਨਾ? ਅਤੇ ਮਾਰਕਿੰਗ ਬਾਈ, ਮੱਥਾ ਪੂਰਾ ਇਹਦਾ ਬਲੱਜਾ ਤੇ ਤਿੰਨ ਪੈਰ ਹੈਗੇ ਇਹਦੇ ਤੇ ਬਾਈ। ਨਵਰਤਨ ਦੇ ਵੀ ਇੱਦਾਂ ਹੀ ਦਿਓ? ਨਵਰਤਨ ਤੇ 5 ਕਲਿਆਣ ਹੈ ਜੀ। ਉਹ 5 ਕਲਿਆਣ ਹੈ ਤੇ ਇਹਦਾ ਹੋ ਗਿਆ ਫਾਦਰ 5 ਕਲਿਆਣ ਹੋ ਗਿਆ ਤੇ ਮਦਰ ਇਹਦੀ ਹੋ ਗਈ 3 ਪੈਰ ਚੱਟੇ। ਪਰ ਮਦਰ ਦੇ ਪੂਰਾ ਪਟਾ ਤਾਂ ਨਹੀਂ ਹੈਗਾ ਮੇਰੇ? ਪੂਰਾ ਪਟਾ, ਹੈ ਨਾ? ਇਹਦੇ ਥੋੜ੍ਹਾ ਪਤਾ ਪਟਾ ਵੱਡਾ ਆ, ਉਹਦੇ ਛੋਟਾ, ਹੈ ਨਾ? ਕੰਨ ਕਨੌਤੀ ਸੋਹਣੀ, ਗਰਦਨ ਬਹੁਤ ਹੀ ਸੋਹਣੀ, ਬਹੁਤ ਸੋਹਣਾ ਘੋੜਾ। ਥੈਂਕ ਯੂ।